Bismillahir Rahmanir Rahim. Assalamu alaikum wa rahmatullahi wa barakatuh. Kya hal hai sare theek thaak ho? Main yakeen karna ke inshaallah sare khair khairiyat naal ho so. Mara naya safraz to acho karne aaj ni vlog shuru. Kya kya hona hai hazrat? Aaj ek request thi YouTube par ke sister K Begum ji ji unna puchya to sam pyaaz aur saalan kis tarah kaane ho. Very simple sister. ਜਿਸਾ ਸਾਲਨ ਬਣਾਈ ਲਿਆ ਉਹਨਾਂ ਚੂਜ਼ਾ ਗੋਸ਼ਤ ਮਸਾਲਾ ਬਣਾਈ ਲਿਆ ਕੀਮੇ ਆਲੂ ਕੀਮਾ ਗੋਭੀ ਆਲੂ ਬਿਲਕੁਲ ਸੇਮ ਤਰੀਕਾ ਸਾਲਨ ਸਿਰਫ ਹਾਰਡ ਨਹੀਂ ਕਰੀ ਨਾ ਚੂਜ਼ਾ ਗੋਸ਼ਤ ਐਨੀਥਿੰਗ ਲਾਈਕ ਸੋ ਇਟਸ ਜਸਟ ਅ ਮਸਾਲਾ ਸੋ ਜਿਹੜਾ ਸਿਸਟਰ ਜਿਹੜਾ ਆਹੀ ਸੀ ਵਾਈ ਤੁਸੀਂ ਪਿਆਜ਼ ਨਹੀਂ ਆਂਡੀ ਤੁਸੀਂ ਬਣਾਓ ਬਿਲਕੁਲ ਸਟ੍ਰੇਟ ਫਾਰਵਰਡ ਹੈ ਇਸਾ ਜਰਾ ਆਇਆ ਬਿਲਕੁਲ ਸਟ੍ਰੇਟ ਫਾਰਵਰਡ ਸਿੰਪਲ ਹੈ ਕਿ ਆਂਡੀ ਵਿੱਚ ਤੇਲ ਭਾਈ ਕਿਆ प्याज पुनसो पहले चलो पुनसो बिल्कुल जिस तरह आंडी बनाई ना ना चूज अप कॉर्न कीमा आलू बनाओ एवरीथिंग लाइक दैट सिर्फ मसाला है सही है अच्छा एक जरा प्याज सा जरा एक कटिया जरा बारीक जरा ठीक रहा ना बारीक ठीक रहा ठीक है प्याज जरा ब्लेंडर विच है दस तो की सा बनाई हो ए ब्लेंडर विच ब्लेंड करी के बिल्कुल बारीक करी के ना फिर आंडी विच सटी रोते है नाल पुन्ने वास्ते है ਦਰਵਾਜ਼ਾ ਖੋਲੀ ਹੋਰਾ ਹੈ ਨਾ ਦਰਵਾਜ਼ਾ ਖੋਲ ਅੱਜ ਚੂਟਾ ਆਖੀ ਹੈ ਜੀ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਇਥੇ ਦੋ ਅੰਡੀਆਂ ਟਿਕੀਆਂ ਹੋਈਆਂ ਦੋ ਅੰਡੀਆਂ ਟਿਕੀਆਂ ਹੋਈਆਂ ਇਹ ਮਸਾਲਾ ਬਣਾਉਣੇ ਆ ਪਹਿਲੇ ਇਸ ਸਿਸਟਰ ਵਾਸਤੇ ਪਹਿਲਾਂ ਮਸਾਲਾ ਇਸ ਤੇ ਬਣਾਈ ਨਾ ਪਿਆਜ਼ ਦਾ ਮਸਾਲਾ ਸਹੀ ਹੈ ਸਿਰਫ ਰੋਟੀ ਚਾਹੀਦੀ ਨਹੀਂ ਤਾਂ ਇਹ ਬਿਲਕੁਲ ਮਸਾਲਾ ਅਗਰ ਕੋਈ ਦਿਲ ਨਹੀਂ ਕਰਨਾ ਨਾ ਚੂਜ਼ਾ ਖਾਣੇ ਨਾ ਗੋਸ਼ ਖਾਣੇ ਨਾ ਸਾਲਨ ਨਾ ਖਾਈ ਪੀਓ ਮਾਸ਼ਾਅੱਲਾ ਪਿਆਜ਼ਾਂ ਦਾ ਸਾਲਨ ਤੇ ਮਾਸ਼ਾਅੱਲਾ ਜੀ ਪਿਆਜ਼ ਛੋਟਾ ਆਖੀਏ ਜੀ ਮਾਸ਼ਾਅੱਲਾ ਯਕੀਨ ਕਰੋ ਜੇ ਪਿਆਜ਼ ਨਹੀਂ ਆਂਦੀ ਇਹ ਨਾ ਮਕੀ ਬਹੁਤ ਪਸੰਦ ਹੈ ਇਹ ਵੀ ਸਿੰਪਲ ਹੈ ਕਿ ਜਿਹੜਾ ਮਸਾਲਾ ਸਾਂ ਇਸਤੇਮਾਲ ਕਰਨੇ ਆ ਚੂਜ਼ਿਆਂ ਵਾਸਤੇ ਜਾਂ ਕੋਈ ਵੈਜੀਟੇਬਲ ਹੋਏਗੀ ਗੋਸ਼ਾ ਵਾਸਤੇ ਉਹ ਹੈ ਮਸਾਲਾ ਹੈ ਮਗਰ ਇਹ ਜਿਹੜਾ ਪਿਆਜ਼ ਹੈ ਨਾ ਪਿਆਜ਼ ਬਿਲਕੁਲ ਬਾਰੀਕ ਕੱਟੀ ਗਿਆ ਤਕਰੀਬਨ ਇਹ ਸਮਝੋ ਕਿ ਬਲੈਂਡ ਹੋਇਆ ਵਾ ਇਸ ਭਿੰਡੀਆਂ ਬਣਾਉਣੀਆਂ ਪਿਆਜ਼ ਅੱਛਾ ਇਹ ਸਾਡੀ ਵੀ ਭਿੰਡੀਆਂ ਬਣ ਸਨ ਇਸ ਆਲੂ ਗੋਭੀ ਇਸ ਸਾਂਡੀ ਵਿੱਚ ਅਦਰਕ ਨੀ ਪੀਸ ਇੱਕ ਫਰੋਜ਼ਨ ਦੋ ਥੂਮ ਨੀ ਪੀਸ ਮਾਸ਼ਾਅੱਲਾ ਨੇ ਇੱਕ ਬ੍ਰੈਡ ਫਰ ਡਿਨਰ ਵਾਲੇ ਯੂਟਿਊਬਰ ਮਾਸ਼ਾਅੱਲਾ ਦੋਏ ਮੀਆਂ ਬੀਵੀ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣੇ ਨੇ ਵਲੌਗ ਬਣਾਉਣੇ ਸੋ ਉਹਨਾਂ ਦੇ ਚੈਨਲ ਸਾਂ ਜ਼ਰੂਰ ਤੱਕੋ ਦੇਸੀ ਚੈਨਲ ਬ੍ਰੈਡ ਫਰ ਮਾਸ਼ਾਅੱਲਾ ਤੁਸੀਂ ਜ਼ਰੂਰ ਪਸੰਦ ਕਰ ਸੋ ਉਹਨਾਂ ਚੈਨਲ ਸਾਂ ਤੱਕੋ ਸਬਸਕ੍ਰਾਈਬ ਵੀ ਕਰੋ ਲਾਈਕ ਵੀ ਕਰੋ ਉਹਨਾਂ ਚੈਨਲ ਸਾਂ ਸ਼ੇਅਰ ਵੀ ਕਰੋ ਇਹਦਾ ਯਕੀਨ ਕਰੋ ਨਾ ਕਿ ਜਦੋਂ ਵੀ ਅਸਾਂ ਉਹਨਾਂ ਲਈ ਵੀਡੀਓ ਤੱਕਣੇ ਆ ਨਾ ਕਿ ਮਾਸ਼ਾਅੱਲਾ 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 ਬਹੁਤ ਦਿਲ ਖੁਸ਼ ਜਾਣਾ ਆ ਤਾਂ ਭਾਈ ਜਾਨ ਮਾਏ ਅਸ ਮਾਏ ਤਾਂ ਮੇਰੀ ਫੈਮਿਲੀ ਤਰਫੋਂ ਸੋ ਸਾਰੇ ਕਿ ਅਸਲਾਮੁ ਅਲੈਕੁਮ ਤਾਂ ਯਕੀਨ ਕਰੋ ਨਾ ਕਿ ਦਿਲ ਬਹੁਤ ਹੀ ਖੁਸ਼ ਹੋਣਾ ਸਰ ਜੈਸੀ ਵੀਡੀਓ ਲਾਉਣੇ ਹੋ ਨਾ ਦਿਲ ਬਹੁਤ ਹੀ ਖੁਸ਼ ਹੋਣਾ ਅਲਹਮਦੁਲਿਲਾ ਮਾਸ਼ਾਅੱਲਾ ਆਪਣਾ ਘਰ ਵਿੱਚ ਦੇਸੀ ਮਾਹੌਲ ਅਲਹਮਦੁਲਿਲਾ 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 ਤਾਂ ਮਾਸ਼ਾਅੱਲਾ ਮੈਂ ਸਾਰੇ ਯੂਟਿਊਬਰਾਂ ਕੀ ਯੂਟਿਊਬ ਤੱਕਣੇ ਵਾਲਿਆਂ ਕਿ ਮੈਂ ਰਿਕੁਐਸਟ ਕਰਦਾ ਕਿ ਤੁਸੀਂ ਅਸਾਂ ਨਵੀਂ ਚੈਨਲ ਉਹਨਾਂ ਨਵੀਂ ਚੈਨਲ ਤੁਸੀਂ ਜ਼ਰੂਰ ਤੱਕੋ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ ਤੁਸੀਂ ਕਿ ਉਹਨਾਂ ਚੈਨਲ ਜ਼ਰੂਰ ਪਸੰਦ ਸੀ ਕਿਉਂਕਿ ਅਲਹਮਦੁਲਿਲਾ ਬਹੁਤ ਹੀ ਦਿਲ ਖੁਸ਼ ਹੋਇਆ ਉਹਨਾਂ ਚੈਨਲ ਤੱਕ ਹੀ ਕਿਹਾ ਦੇਸੀ ਚੈਨਲ ਬ੍ਰੈਡ ਫਰ ਮਾਸ਼ਾਅੱਲਾ ਅੱਛਾ ਇਹ ਹੁਣ ਜ਼ਬਰਦਸਤ ਟਮਾਟਰ ਤੁਸੀਂ ਇਹ ਟੀ ਨਾਲ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਫਰੈਸ਼ ਵੀ ਇਸਤੇਮਾਲ ਕਰ ਸਕਦੇ ਹੋ ਪਰ ਰਿਕੁਐਸਟ ਕਰਦੇ ਹਾਂ ਅਸਾਂ ਇਹ ਜੇ ਟੀ ਨਾਲ ਲੈਣਾ ਸੋ ਇਹ ਜ਼ਿਆਦਾ ਇਸਤੇਮਾਲ ਕਰੋਗੇ ਇਹਨਾਂ ਮਸਾਲਾ ਜਿਹੜਾ ਨਾ ਸਹੀ ਬਣਨਾ ਇਹ ਸਾਡੀ ਪਿਆਜ਼ ਦੀ ਹਾਂਡੀ ਵਿੱਚ ਸਹੀ ਬਣਨਾ ਆ ਅਸਾਂ ਦੀ ਤਰਫੋਂ ਅਸਾਂ ਨੇ ਜਿੰਨੇ ਵੀ ਯੂਟਿਊਬ ਚੈਨਲ ਤੱਕਣੇ ਵਾਲੇ ਹੋ ਅੱਲਾ ਅਸਾਂ ਦੀ ਤਰਫੋਂ ਸਾਰਿਆਂ ਕੀ ਸਲਾਮ ਅੱਲਾ ਪਾਕ ਤੁਹਾਨੂੰ ਖੁਸ਼ ਰੱਖਿਆ
अल्लाह पाक तुसें की बुद है, अल्लाह पाक तुसें हर एक परेशानी दूर करे। कि यकीन करो ना कि जल चरण तखड़े होना असें बहुत ही खुशी होनी है। अल्हम्दुलिल्लाह 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 कि असें और दिल करना असें माशाल्लाह देखो जी एक छोटी सी जिंदगी है, छोटी सी जिंदगी है। असें कोशिश ये होनी है कि असं सारे की खुश रखी रखा, सारे नाल बराबर फैमिली दोस्त यार कोई भी बंदा आ सारे नाल बराबर रहो। अल्हम्दुलिल्लाह अल्हम्दुलिल्लाह खुश खुशियां रहो, सारे नाल खुश खुशियां रहो। जिंदगी छोटी जी है तो कोई पता नहीं है कि क्या लै जरा ना वक्त पूरा जैसी दुनिया पर। तो मैं तो ये गल आखना कि सारे खुश खुशियां रहो, एक दुए नाल हसो खेरो जरा ना, क्योंकि तुम जो खुश होसो ना तुसा दिल मुतमिन हो सी। मगर जो जल्द तुम परेशानियां चाह के फिरसो ना सिरे पर तो यकीन करो कि दुनिया ने कोई चीज़ पसंद नहीं अच्छी नहीं है सिवाय परेशानी तू और रोले तू। तो इस हमारे सामने कि खुश रहो, एक दुए नाल असी मजाक करो, एक दुए ने घर अच्छा जाओ माशाल्लाह माशाल्लाह माशाल्लाह। तो इसने भी दिल भी मुतमिन दिमाग भी सुकून विच। तो सब तो बड़ी गल है कि असने अल्लाह सुबहान तला राजी, असने हजूर पाक सल्लल्लाहु अलैहि वसल्लम राजी माशाल्लाह। वो एक गल बड़ी पसंद करने सन कि एक दुए नाल तुसां सलूक और इतफाक नाल रहो। अलहम्दुलिल्लाह रब्बिल आलमीन ते तुसां मिगी टेस्ट करी गिनो। जेल्लै सलूक और इतफाक पैदा होसी ना इंसान विच ते यकीन करो कि घर विच तुसानी बरकत, घर विच तुसानी सुकून। नमाज पढ़ो ते कुरान पढ़ो ते अलहम्दुलिल्लाह रब्बिल आलमीन। किसे पासे को बुरा ना सोचो, हमेशा अच्छा सोचो। कोई भी बंदा आया ते अल्लाह पाक सा है हर एक बेहतरी कर सी इंशाल्लाह इंशाल्लाह इंशाल्लाह। ते हुन जुल्ले आ तकड़े आ कि प्याज नहीं आनी कुछ अच्छी पहुंची है कीमा मर्चां बनाने के आलू गोभी को स्पेशली सिस्टर वास्ते के बेगम यूट्यूब फॉलोअर सब्सक्राइबर ये उन वास्ते स्पेशल रेसिपी बननी थी। ए जी असन एक सिस्टर होने के बेगम माशाल्लाह जी पहन तो सर जजाकल्ला खैर तुसा जरा असन वीडियो तकने हो लाइक भी करने हो शेयर भी करने हो कमेंट भी करने हो ए तुसा वास्ते स्पेशल हांडी बननी पी सॉरी रिक्वेस्ट कीता सी भाई ए प्याज नी हांडी बनाई के ना तुसा जरूर दस्या है। चम्मच मद्रास पाउडर छोटी चम्मच डेढ़ चम्मच है एक पूरी चम्मच गरम मसाला हल्दी जीरा पाउडर कोरिएंडर पाउडर एक चम्मच जिन्हें बल भरी के सटे हांडी विच जी हाँ ठीक है धनिया की फिर एम मसाला बनना पे माशाल्लाह ये जी बोतल पी पिछे जी दो ड्रिंक आई ये कड़ी आने बिल्कुल कड़ी आने आइस टी अजय दिलाया आवाज अच्छा जी ये मसाला यह पुजना होना पे माशाल्लाह बन रही है प्याज भी आनी रेपसीड ऑयल अच्छा ये रेपसीड ऑयल है ना रेपसीड ऑयल कोशिश ये कराया करो कि सारे तुसा हंडी वस है ये जो रेपसीड ऑयल ये इस्तेमाल करो क्योंकि रेपसीड ऑयल नाल आखने के कोलेस्ट्रॉल भी कोनी ठीक है बिस्मिल्लाह रहमान रहीम कोलेस्ट्रॉल भी कोनी
ਤੇ ਨਾਲੇ ਜਿਹੜੇ ਤੇਲ ਦੀ ਜਿਹੜੀ ਅਚਾਈ ਆ ਨਾ ਉਹ ਜਿਹੜਾ ਹਾਂਡੀ ਬਣਾਉਣੇ ਆ ਉਹ ਸਰਨੀ ਨਹੀਂ ਹੈ ਰੇਪ ਸੀਡ ਓਇਲ ਦੀ। ਅਸਾਂ ਜਿਹੜਾ ਓਲੀਵ ਓਇਲ ਇਸਤੇਮਾਲ ਕਰਨੇ ਆ ਨਾ ਹਾਂਡੀ ਵਿੱਚ ਓਲੀਵ ਓਇਲ ਜੋ ਸਾਰਨੀ ਦੇਰ ਹੋਣੀ ਆ ਹਾਂਡੀ ਵਿੱਚ ਬਣਨ ਦੇਰ ਹੋਣੀ ਆ ਓਲੀਵ ਓਇਲ ਦੀ ਜਿਹੜੀ ਅਚਾਈ ਹੈ ਨਾ ਉਹ ਅਚਾਈ ਸੜੀ ਜਾਣੀ ਆ। ਸੋ ਤਕਸੋ ਕਿ ਤੁਸੀਂ ਵੈਸੇ ਹਾਂਡੀ 'ਚ ਬਹਿ ਕੇ ਤੱਕੋ ਨਾ ਓਲੀਵ ਓਇਲ ਸੋ ਹਾਂਡੀ ਵਿੱਚ ਪਾਓ ਗੈਸ ਆਨ ਕਰੋ ਅਤੇ ਜੈਸੇ ਗਰਮ ਹੋ ਰਹੀ ਸੀ ਨਾ ਉਸ ਜਿਹੜਾ ਤੇਲਾਂ ਜਿਹਾ ਰੰਗ ਹੈ ਨਾ ਉਹ ਚੇਂਜ ਹੋ ਜਾਸੀ ਕਿਉਂਕਿ ਉਸ ਤੇਲਾਂ ਵੀ ਜਿਹੜੀ ਅਛਾਈ ਹੈ ਨਾ ਉਹ ਖਤਮ ਹੋ ਜਾਸੀ ਹੈ ਅਤੇ ਜਿਹੜਾ ਬਾਕੀ ਤੇ ਜਿਹੜਾ ਬਚਣਾ ਨਾ ਓਲੀਵ ਓਇਲ ਨਾਲ ਜਿਹੜਾ ਹਾਂਡੀ ਵਿੱਚ ਰਹਿਣਾ ਆ ਉਹ ਫਿਰ ਇਹ ਸਮਝੋ ਕਿ ਤੁਸਾਂ ਵਾਸਤੇ ਜ਼ਹਿਰ ਹੈ ਕੋਲੈਸਟਰੋਲ ਮਤਲਬ ਕਿ ਇਹ ਨਹੀਂ ਜ਼ਹਿਰ ਤਾਂ ਨਹੀਂ ਹੈ ਮਗਰ ਇਹ ਸਮਝੋ ਕਿ ਤੁਸਾਂ ਬਦਨ ਵਾਸਤੇ ਉਹ ਜ਼ਹਿਰ ਹੈ ਕਿਉਂਕਿ ਉਹ ਅੱਛਾ ਨਹੀਂ ਹੈ ਨਾ ਜਿਹੜੀ ਚੀਜ਼ ਨੁਕਸਾਨ ਦੇਣੀ ਹੈ ਬੰਦੇ ਵਾਸਤੇ ਬਈ ਸਮਝੋ ਕਿ ਬੰਦੇ ਵਾਸਤੇ ਉਹ ਚੀਜ਼ ਜ਼ਹਿਰੀ ਹੈ। ਅਤੇ ਜਿਹੜਾ ਵੈਜੀਟੇਬਲ ਓਇਲ ਨਾ ਵੈਜੀਟੇਬਲ ਓਇਲ ਨਾਲ ਤੁਸਾਂ ਇਹ ਤਲਣੇ ਵਾਸਤੇ ਸਮੋਸੇ ਪਕੌੜੇ ਵਗੈਰਾ ਕੁਆ ਵਗੈਰਾ ਤਲਣੇ ਵਾਸਤੇ ਉਹ ਫਰਾਈ ਵਾਸਤੇ ਜ਼ਬਰਦਸਤ ਮਗਰ ਆਂਡੀ ਵਾਸਤੇ ਤੁਸਾਂ ਟਰਾਈ ਕਰੀ ਗਿਨੋ ਰੇਪਸੀਡ ਓਇਲ ਅਤੇ ਯਕੀਨ ਕਰੋ ਯਕੀਨ ਕਰਨਾ ਕਿ ਇਨਸ਼ਾਅੱਲਾ ਸਿੱਖੀ ਪਸੰਦ ਵੀ ਇਸ ਚੀਜ਼ ਦਾ ਟੇਸਟ ਵੀ ਨਾਈਸ ਹੈ ਅਤੇ ਤੁਸਾਂ ਨੇ ਵੈਸੇ ਜਿਹੜਾ ਨਾ ਹੈਲਥ ਵਾਸਤੇ ਵੀ ਬਹੁਤ ਅੱਛੀ ਚੀਜ਼ ਹੈ। ਅੱਛਾ ਮਾਸ਼ਾਅੱਲਾ ਇਹ ਤਾਂ ਕੀ ਕਿੰਨੇ ਹੋ ਤੁਸਾਂ ਕਿ ਪਿਆਜ਼ਾ ਨਹੀਂ ਆਂਡੀ ਪਿਆਜ਼ਾ ਸਾਲਮ ਬੰਦੇ ਆ ਜੀ ਇਹ ਜੇ ਸਿਸਟਰ ਰਿਕੁਐਸਟ ਕਰਨੇ ਸਨ ਤਾਂ ਸਿਸਟਰ ਐਸਾ ਤਾਂ ਕੀ ਕਿਨੋ ਕਿ ਤੁਸਾਂ ਵਾਸਤੇ ਅਜ਼ਰਾ ਸਪੈਸ਼ਲ ਆਂਡੀ ਬਣਾਈ ਹੈ ਕਿ ਸਿਸਟਰ ਤੱਕ ਸੀ ਅਤੇ ਪਿਆਜ਼ ਇਸਦੀ ਸਪੈਸ਼ਲਿਟੀ ਇਹ ਹੈ ਕਿ ਜਿਹੜੇ ਪਿਆਜ਼ ਨਹੀਂ ਪਿਆਜ਼ ਬਲੈਂਡ ਕਰੀਏ ਬਹੁਤ ਜ਼ਿਆਦਾ ਨਹੀਂ ਬਲੈਂਡ ਕਰੀਏ ਨਾ ਉਸਦਾ ਮਸਾਲਾ ਵੀ ਜਿਹੜਾ ਨਾ ਸਹੀ ਬਣਨਾ ਹੈ ਮਾਸ਼ਾਅੱਲਾ ਫਾਇਦਾ ਟੇਸਟ ਕਰੀਏ ਸਰ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਇਹ ਦੇਖੋ ਜੀ ਪਿਆਜ਼ ਨਹੀਂ ਆਂਡੀ ਮਾਸ਼ਾਅੱਲਾ ਇਸ ਨੂੰ ਟੇਸਟ ਕਰਨੇ ਆ ਇਹ ਹੋ ਗਈ ਹੈ ਪਿਆਜ਼ ਨਹੀਂ ਆਂਡੀ।